ਸਾਜਨ ਭੱਟੋ, ਚਾਰੇ ਜਾਪੀ ਮਨਸ਼ਾ ਗੁਜਰ, ਉਹਦੇ ਨਾਲ ਅਸ਼ਫਾਕ ਸ਼ਾਕਨ ਮਨਸ਼ਾ ਗੁਜਰ। ਹਾਏ ਹਾਏ ਹਾਏ, ਆ ਜਾਂਦਾ ਭੱਟੋ, ਭੱਟੋ ਕੱਲ ਵੀ ਜਿੰਦਾ ਥਾ, ਭੱਟੋ ਆਜ ਵੀ ਜਿੰਦਾ ਹੈ, ਜਿੰਦਾਬਾਦ ਜੀ। ਜੀ ਸਲੀਮ ਮਰਾਜ ਸਾਹਿਬ ਸਟੇਜ ਪੰਜ, ਜੀ ਸਲੀਮ ਮਰਾਜ ਦਾ ਲੋਣਾ ਜਿੱਥੇ ਵੀ ਜਨਾਬ ਲੈਣ ਸਕਦਾ ਸਟੇਜ ਤੇ ਪਹੁੰਚ ਕੇ, ਬੜੀ ਮਿਹਰਬਾਨੀ ਆ। ਸਲੀਮ ਮਰਾਜ ਦਾ ਲੋਣਾ, ਬੜੀ ਮਿਹਰਬਾਨੀ, ਜਿੱਥੇ ਵੀ ਐਲਾਨ ਸੁਣਦਾ ਸਟੇਜ ਤੇ ਪਹੁੰਚੇ। ਜੀ ਜਨਾਬ ਚੌਧਰੀ ਮਰਤਜ਼ਾ ਨੰਬਰਦਾਰ ਸਾਹਿਬ, ਹਾਂਜੀ ਲਾ ਜੀ ਸਾਹਿਬ, ਲਾ ਜੱਟ ਇੰਟਰਨੈਸ਼ਨਲ ਕਬੱਡੀ ਪਲੇਅਰ, ਬੈਲਟ ਆਪਣੀ ਟੀਮ ਦੇ ਖਾਤੇ ਜੋੜਦਾ ਆ। ਲਾ ਜੀ ਵਰਲਡ ਕੱਪ ਦਾ ਬੈਸਟ ਧਾਵੀ ਸ਼ਫੀਕ ਚਿਸ਼ਤੀ, ਜਿਹਨੂੰ ਜਨਾਬ ਕਬੱਡੀ ਪਸੰਦ ਆ, ਕੋਈ ਤਾੜੀ ਮਾਰੋ ਚਿਸ਼ਤੀ ਦੇ ਨਾਲ, ਸੜ ਗਏ ਚਿਸ਼ਤੀ, ਸੜ ਗਏ, ਦੇਖ ਲਾ ਕਦੀ ਖੱਬੀ ਕੰਨੇ ਕਦੀ ਸੱਜੀ, ਹਾਂਜੀ ਤਾੜੀ ਆਏ ਹਾਂ ਚਿਸ਼ਤੀ ਜੀ, ਬੈਂਡ ਸ਼ਫੀਕ ਚਿਸ਼ਤੀ ਦਾ। ਚੱਲ ਵੀ ਲੁੱਟੇ ਹਾਣੀਆਂ ਜੱਟ ਖੇਡ ਮੈਦਾਨ ਦੇ ਵਿੱਚ। ਹੈਲੋ ਜੀ, ਅਰਫਾਨ ਮਾਨਾ ਪਾਕਿਸਤਾਨ ਦਾ ਸਿਆਣਾ ਕਬੱਡਰ, ਵੇਖੋ ਚਵਾਂ ਜਾਫੇ ਦੇ ਉੱਤੇ ਬੋਲਿਆ ਹੋਇਆ ਧਾਵਾ, ਆਹ ਹਾਏ ਦੋ ਨੰਬਰ ਤੋਂ ਲਗਾ ਸ਼ਕੀਲ ਡੋਬੇ ਵਾਲਾ, ਸਦਕੇ ਸੋਹਣਿਆ ਪੁਆਇੰਟ ਅਰਫਾਨ ਮਾਨੇ ਦਾ। ਹਾਂਜੀ ਪੁਆਇੰਟ 213 ਦਾ ਜੀ ਜਨਾਬ ਚੌਧਰੀ ਜਾਫਰ ਅਲੀ ਗੋਚਾ ਸਾਹਿਬ, ਇਨਸ਼ਾਅੱਲਾ ਬਹੁਤ ਜਲਦ ਜਨਾਬ ਇਸ ਸਾਡੇ ਵੀਆਈਪੀ ਸਟੇਜ ਤੇ ਪਹੁੰਚਣ ਵਾਲੇ ਹੁੰਦਾ ਵਾ। ਆਇਆ ਯਾਰ, ਜਿਹੜੇ ਬੰਦੇ ਆ ਵੀਡੀਓ ਵਾਲਿਆਂ ਨੇ, ਮੈਂ ਅੱਗੇ ਵੀ ਰਿਕੁਐਸਟ ਕੀਤੀ ਬਾਹਰ ਆ ਜਾਓ ਕਿ ਮੈਂ ਤੁਹਾਨੂੰ ਆਪਦੇ ਹੱਥਾਂ ਨਾਲ ਬਾਹਰ ਕੱਢਾਂ। ਭਾਈ ਨੂੰ ਵੀ ਆ ਰਿਹਾ ਮਿਹਰਬਾਨੀ ਜਨਾਬ ਤੁਹਾਡੀ ਤਰਲਾ ਮੰਨ ਲਓ। ਹਾਂਜੀ ਤਜੰਮਲ ਬੂਟਾ, ਬੂਟੇ ਦਾ ਪੁੱਤਰ, ਇੱਕ ਪਾਸੇ ਧਰਤੀ ਜਨਾਬ ਆ ਗਈ ਆ ਪੱਤਰ ਕੱਢੀਆਂ ਜੀ, ਔਰ ਇੱਕ ਪਾਸੇ ਜਨਾਬ ਮਨਸ਼ਾ ਪੁੱਤਰ ਤੇ ਵੀ ਦਸ ਪੁਰੀਆਂ। ਹਾਏ ਹਾਏ ਸਮਾਂ ਬੀਤ ਗਿਆ, ਸਾਚਾ ਸਾਚਾ ਸੌਰੀ ਜਨਾਬ, ਸਾਚਾ ਖੇਡਣ ਕਬੱਡੀਆਂ ਬੈਠਕਾ ਡੰਡ ਕਰਦੇ ਜਿਉਂਦੇ ਰਹਿਣ, ਮਾਵਾਂ ਦੇ ਪੁੱਤਰ ਸੋਹਣੇ ਖੇਡ ਮੇਲੇ ਪੰਜਾਬੀਆਂ ਦੇ ਰਹਿਣ ਲੱਗਦੇ। ਆਸਮ ਮੌਲਾ, ਆਸਮ ਮੌਲਾ, ਸੁਹਰਾਮ ਸਾਜਨ ਭੱਟੋ, ਭੱਟੋ ਮੌਲਾ, ਮੌਲਾ ਭੱਟੋ, ਆਓ ਗਿਆ ਭੱਟੋ, ਪਾਕਿਸਤਾਨ ਏਅਰ ਫੋਰਸ ਨੇ ਤਲੇ ਛੱਡ ਕੇ ਹਲਕਾ ਜਾ ਚੁੱਕਿਆ ਹਰਿਆਣਾ, ਛੱਡ ਕੇ ਖਲੀਲ ਪਾਕਿਸਤਾਨ ਬਾਂਬਾ ਦੇ ਪਾਕਿਸਤਾਨ ਏਅਰ ਫੋਰਸ ਜੱਟ ਭਾਈ ਜਾਨ ਪਿੱਛੋਂ ਵੇਖੋ ਨਾ, ਆਇਆ ਭਾਈ ਜਾਨ ਸੋਚੋ ਲੱਪਾ ਸੜਕ ਦੇ ਗਿਆ ਨਾ, ਤੇ ਘਰ ਤੁਹਾਨੂੰ ਮਾਰੋ, ਆ ਮੈਂ ਚੱਕਰ ਬੰਦ ਕਰ ਰਿਹਾ ਸੀ ਰਾਤ ਰਾਤ, ਇੰਨਾ ਵੱਡਾ ਮੈਂ ਕਰਨਾ ਪਿਆ ਤੇ ਗਲਤੀ ਕਰਦੇ ਬਣੇ, ਮੈਚ ਬੰਦ ਕਰੋ, ਬੰਦ ਕਰੋ।
ਸਫਾਈ ਮੈਂਬਰ ਨੰਗਾਪਾਲ ਗਾਰਡਨ ਦੇ ਜੀਆ ਨੂੰ ਸੜਕ ਜਨਾਬ ਚੱਲਦੇ ਦਾਖਲ ਬੱਚਾ ਸਾਹਿਬ ਮੈਡਮ ਕਰਦੇ ਸਰਾਹ ਆਪ ਦਾ ਸ਼ੁਕਰੀਆ ਅਦਾ ਕਰਦੇ ਜਨਾਬ ਹਾਂਜੀ ਜਨਾਬ ਇਸ ਤੋਂ ਨਾਮ ਕਰਦੇ ਦਾਖਲ ਬੱਚਾ ਸਾਹਿਬ ਸੜਕੇ ਦਾਖਲ ਬੱਚਾ ਸਾਹਿਬ ਹਾਂਜੀ ਜਨਾਬ ਇਸ ਤੋਂ ਬਾਅਦ ਚੱਲੋ ਦਾਖਲ ਬੱਚਾ ਸਾਹਿਬ ਜਿੰਦਾਬਾਦ ਗਾਰਡਨ ਸਦਕੇ ਸਰਾਹ ਆਪ ਦਾ ਸ਼ੁਕਰੀਆ ਅਦਾ ਕਰਦੇ ਜਨਾਬ ਦਾ ਆਤਿਸ਼ਬਾਜ਼ੀ ਦੇ ਨਾਲ ਇਸਤਕਬਾਲ ਫਿਰ ਢੋਲਾਂ ਦੇ ਦਾਅ ਦੇ ਨਾਲ ਇਸਤਕਬਾਲ ਸੱਜ ਕੇ ਜਨਾਬ ਇਸ ਵੇਲੇ ਜਨਾਬ ਚੌਧਰੀ ਮਰਤਜ਼ਾ ਨਮਰਦਾਰ ਸਾਹਿਬ ਹੋਣਾ ਉਹਦੇ ਨਾਲ ਨਾਲ ਜਨਾਬ ਚੌਧਰੀ ਜਾਫਰ ਅਲ ਬੱਚਾ ਸਾਹਿਬ ਔਰ ਅਸੀਂ ਜਨਾਬ ਦੇ ਮਹਿਮਾਨ ਹਸਤੀਆਂ ਗਾਰਡਨ ਪੀਅਰ ਜਨਾਬ ਇਸ ਤੋਂ ਬਾਅਦ ਚੌਧਰੀ ਜਾਫਰ ਅਲ ਬੱਚਾ ਸਾਹਿਬ ਦਾ ਸ਼ੁਕਰੀਆ ਜੀ ਜਨਾਬ ਰਾਜ ਮੁਹੰਮਦ ਇਰਫਾਨ ਨਦੀਮ ਜੱਟ ਸਾਹਿਬ ਉਹਦੇ ਨਾਲ ਚੌਧਰੀ ਹਸਤ ਸਾਹਿਬ ਜੱਟ ਸਾਹਿਬ ਬਸ ਬਸ ਢੋਲੀਏ ਬਸ ਫਿਰ ਆ ਜਾਓ ਬੋਲੀ ਆਸਟ੍ਰੇਲੀਆ ਦਾ ਫਰੰਟ ਸਾਈਡ ਖਾਲੀ ਕਰੋ ਯਾਰ ਹਾਂਜੀ ਯਾਰ ਰਾਜੀ ਅਰਫਾਨ ਮਾਨਾ ਸ਼ਕੀਲ ਟੋਪੇ ਵਾਲਾ ਜੀ ਆ ਮਾਨਿਆ ਜੈਟ ਪੁਆਇੰਟ ਲੈ ਗਿਆ ਔਰ ਯਾਰ ਤਾੜੀ ਮਾਰੋ ਪਲੇਅਰਾਂ ਦੇ ਨਾਲ ਵੀ ਬੜੀ ਮਿਹਰਬਾਨੀ ਛੱਡੋ ਸਕਦੇ ਸਰ ਜੀ ਸ਼ਿਵਰਾਮ ਸਾਜੋ ਭੱਟੋ ਸੱਜ ਕੇ ਲਓ ਜੀ ਬੱਚਾ ਸਾਹਿਬ ਇਹ ਭੱਟੋ ਜਿਹਨੇ ਜਨਾਬ ਇੰਡੀਆ ਦੇ ਵਿੱਚ ਵੀ ਬੱਲੇ ਬੱਲੇ ਕਰਾਈ ਆ ਪਰਾ ਮਨਸ਼ਾ ਗੁੱਜਰ ਟਾਟਾ ਕੋ ਹਾਂਜੀ ਸੋਰੀ ਜੀ ਸਾਹਿਬ ਸ਼ਿਵਰਾਮ ਸਾਜੋ ਭੱਟੋ ਸੱਜ ਕੇ ਔਰ ਯਾਰ ਮੈਂ ਚੱਲ ਪਈ ਬਲਾਲ ਪਾ ਕਬੱਡੀ ਸਦਕੇ ਹਾਂਜੀ ਲਓ ਜੀ ਬਲਾਲ ਦੀ ਕਬੱਡੀ ਆ ਖੇਡ ਮੈਦਾਨ ਦੇ ਵਿੱਚ ਉਹ ਯਾਰ ਥੱਲੇ ਬਹਿ ਜਾਓ ਜੇ ਬਾਹਰ ਨਹੀਂ ਜਾਣਾ ਥੱਲੇ ਬਹਿ ਜਾਓ ਇਹ ਆ ਪਰਲੀ ਢੇਰੀ ਦੇ ਜਿਹੜੇ ਬੰਦੇ ਬੈਠੇ ਆ ਨਾ ਇਹ ਥੱਲੇ ਬਹਿ ਜਾਓ ਯਾਰ ਹਾਂਜੀ ਖਲੀਲ ਬਹੁਤ ਰਹਿ ਗਿਆ ਜਨਾਬ ਬਲਾਲ ਹਾਏ ਹਾਏ ਜਿੰਦਾ ਬਾਦ ਬਲਾਲ ਮੈਂ ਰਿਸ਼ਤਾ ਕਰੂੰਗਾ ਤੇਰੀਆਂ ਚੱਲ ਪੀ ਛਾਤੀ ਟੋਪੇ ਵਾਲਾ ਪਾਉਂਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਦੀ ਉੱਠਦੀ ਉਮਰ ਚੱਕ ਨੰਬਰ 322 ਸ਼ਹਿਜ਼ਾਦਾ ਤਹਿਸੀਲ ਜ਼ਿਲ੍ਹਾ ਟੋਪਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੋਲਿਆ ਹੋਇਆ ਧਾਵਾ ਸਾਡੇ ਪੂਰੇ ਖੁਸ਼ ਨੇ ਜਨਾਬ ਇਸ ਵੇਲੇ ਆਏ ਹੋਏ ਸਫਾਈ ਮੈਂਬਰ ਜਨਾਬ ਚੌਧਰੀ ਜਾਫਰ ਅਲੀ ਹੋਚਾ ਸਾਹਿਬ ਸਦਕੇ ਲਾ ਜੀ ਅੱਗੋਂ ਸਾਜਾ ਲਗਾ ਏਅਰਫੋਰਸ ਵਾਲਾ ਦੇਖੋ ਜਿਵੇਂ ਰੱਬ ਦੇਵੇ 30 ਸਕਿੰਟ ਦੇ ਟਾਈਮ ਦੇ ਵਿੱਚ ਹਾਏ 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 ਆ ਮਾਰਾ ਲਾ ਕੇ ਜਨਾਬ ਛਾਜੀ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਜੀ ਚੱਲ ਭਾਈ ਢੋਲੀਓ ਮਿਹਰਬਾਨੀ ਜਨਾਬ ਤੁਹਾਡੀ ਸਾਧਲਾ ਜੱਟ ਪੁੱਤ ਜੱਟ ਦਾ ਧਮਾਲ ਪਾਉਂਦਾ ਨੱਚਦਾ ਬਹਿਜਾ ਬੱਲੇ ਛਾਲ ਮਾਰ ਕੇ ਤੇ ਟਾਂਗਾ ਚੱਲਿਆ ਸੈਰ ਕਰਾਉਣ ਸਦਕੇ ਲਓ ਜੀ ਖਲੀਲ ਇੰਟਰਨੈਸ਼ਨਲ ਕਬੱਡੀ ਪਲੇਅਰ ਪਾਕਿਸਤਾਨ ਵਾਪਦਾ ਹਾਏ ਹਾਏ ਲੈ ਲਿਆ ਪੁਆਇੰਟ ਜਨਾਬ ਸਾਧਲਾ ਸਦਕੇ ਜੱਟਾ ਮੇਰੇ ਰਿਸ਼ਤਾ ਚੱਲ ਵੀ ਸ਼ਫੀਕ ਚਿਸ਼ਤੀ ਸ਼ਫੀਕ ਚਿਸ਼ਤੀ ਇੰਟਰਨੈਸ਼ਨਲ ਕਬੱਡੀ ਪਲੇਅਰ ਜੀ ਪਾਕਿਸਤਾਨ ਵਾਪਦਾ ਦਾ ਮਾਨਤਰਾਨ ਔਰ ਸਾਡੇ ਪਾਕਿਸਤਾਨ ਦਾ ਮਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਦੇਖ ਲਓ ਕਦੀ ਖੱਬੀ ਕੰਨੀ ਕਦੀ ਸੱਜੀ ਕਦੇ ਸ਼ਫਾਕ ਛਾਕੇ ਵਰਗੇ ਮੋਹਰੇ ਹੁੰਦੇ ਡੱਕਣ ਦੇ ਦੱਬਣਾ ਹਾਏ 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 ਕਹਿੰਦੇ ਜਾਂਦੇ ਸ਼ੇਰਾਂ ਦੇ ਰਾਹ ਡੱਕਣੇ ਬੜੇ ਔਖੀ ਗੱਲ ਆ ਪਰ ਆ ਗਿਆ ਜਨਾਬ ਸ਼ੇਰ ਪੁਆਇੰਟ ਲੈ ਗਿਆ ਡਾਕਟਰ ਮਮਤਾਜ ਜਿੱਥੇ ਵੀ ਲਾਣ ਸੁਣਦਾ ਤੇਰੀ ਮਿਹਰਬਾਨੀ ਭਾਈਜਾਨ ਸਟੇਜ ਤੇ ਆ ਜਾ ਸ਼ਰੀਫ ਹੁਰਫ ਸ਼ੱਪਾ ਅੱਲਾ ਦਿੱਤੇ ਦਾ ਜਿੱਥੇ ਵੀ ਆਵਾਜ਼ ਸੁਣਦਾ ਜਲਦੀ ਜਲਦੀ ਸਟੇਜ ਤੇ ਆ ਜਾਵੇ ਤੇਰੀ ਮਿਹਰਬਾਨੀ ਡਾਕਟਰ ਮਮਤਾ ਸਾਹਿਬ ਬੜੀ ਮਿਹਰਬਾਨੀ ਜਿੱਥੇ ਐਲਾਨ ਸੁਣਦੇ ਆ ਆ ਸਟੇਜ ਤੇ ਪਹੁੰਚੋ ਲਓ ਜੀ ਸ਼ਿਵਰਾਮ ਸਾਜਦ ਭੱਟੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਭੱਟੋ ਨਾ ਚੜ੍ਹਦਾ ਫਾਂਸੀ ਦੇ ਨਾ ਦੁਨੀਆਂ ਚੇਤੇ ਕਰਦੀ ਕੱਚੇ ਕੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਚਨਾ ਨਾ ਤਰਦੀ ਰਾਣੀ ਝਾਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਦੇ ਲੜਦੀ ਹਾਏ ਹਾਏ ਸਦਕੇ ਲਓ ਜੀ ਵੇਖ ਲਓ ਕਿ ਤੁਹਾਨੂੰ ਕੱਠਾ ਹੋ ਗਏ ਇਸ ਵੇਲੇ ਜਨਾਬ ਸ਼ਫਾਕ ਛਾਕੇ ਨੇ
हाँ जी पॉइंट अशफाक छाकण का 213 का पॉइंट जी चल पी बिलाल पाव शरा कबड्डी राजू चौधरी जामर अली होचा साहब ऐसा जनाब पूरे दिलों जन हो गए खुश है कबड्डी के भेड़ तो सा बिलाल की पई है कबड्डी एक खलील दूजी का नवाज महाजू और ये नाल ही जनाब राशद मलक जिन्हें जनाब हरियाणा कबड्डी कप के भी बल्ले बल्ले कराई लो जी खलील ने गुट फड़िया सट मेरी बीनी ने मरोड़ आए हाय हाय एनो कहंदे आ कि लम्मे पिंड का नहीं हो जोड़ कोई उस पिंड का यह नौजवान खीला जिन्हू हथ लाउंदा उहनू टकदा जफा ला के करता बड़ा हैरान खीला बिच मैदान के जदों खलो जांदा जान पैंदा नहीं कोई भलवान खीला बिच मैदान के भेड़ जदों होंदे करता अपने टौलिया पट्टा ते मान खीला करता अपने टौलिया पट्टा ते मान खीला लो जी शफीक चिश्ती की कबड्डी खेल मैदान दे विच पई होई सदके चिश्ती जनाब पाकिस्तान का तेज तरार हाँ जी नसीर जगह का इशारा देखना होगा पॉइंट जाफरी का जी जी चल भी साधला जट पाकिस्तान एयरफोर्स चक नंबर 46 सखीरा गोजरा समुद्री रोड तहसील समुद्री डिस्ट्रिक्ट फैसलाबाद की धरती लो जी नवाज माजू देख लो इको जे हान नू हान टकरिया पॉइंट साधला जट लै गया आया जटा मैं जी रीसा दे रही जी देखो नफरे जट के असल पॉइंट जनाब 213 के खाते जोड़ता हुआ सदके जनाब इस चौधरी जाफर अली होचा साहब और उन्होंने नाल नाल जनाब उन्होंने पूरे मेहमानों ने जिंदाबाद वेलकम जनाब राज मोहम्मद इरफान नदीम साहब चौधरी आशिक हुसैन जट साहब चौधरी मुर्तजा नंबरदार साहब हाजी राय मुनीर अहमद खरल साहब जिंदाबाद वेलकम ये छाने की कबड्डी वाला जी मैं अगे क्या जिन्हें जनाब टीम पसंद है आए हुए मेहमान पसंद है तो ग्राउंड का इंतजाम पसंद है करो ताड़ी मार दो सदके सदके साजा छानी जट छानी के साजा बीत गया बेड़ा हाँ जी कहते चंगे बेड़े के इंतजार में बेड़ा बीत जाता ना ही रुकिया ना ही रुकना बेड़ा बदल तारीख जाता चल भी माना जट पुत जट का धमाल पाँगा नचता जग नंबर 56 छोटा घ्याला अमीपुर रोड फैसलाबाद पाकिस्तान एयरफोर्स ना तलक है हाँ जी अफेज गुजर का इशारा के पॉइंट का भी है जी सदके शफीक चिश्ती मनसा कुचर 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 हाय 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 मनसा कहने देखो उनके लिए लगे लगे आया मनसा ना जी ना ना मनसा शफीक चिश्ती कहने ना चाचू जी चल भी बिलाल ना भी कर लिया कबड्डी लाजी एक कनी दे माना टोकर दूजी दे रश दे मालिक सदके चौधरी शबाद वाले बंदेश के जनाब स्टार पूरी इस वेले नजारा दे रहे हैं दूजे पास 213 की टीम भी घट गई हाय हाय जी है बिलाल जी है बिलाल फिकर लो जी बिलाल 5,000 वाला जनाब अंकड़ा छोड़ रहे हैं बड़ी मेहरबानी तुम पैसा नहीं देने तो ताड़ी ने मारी जाओ यार ताड़ी ने मजाक कर दे ताड़ी इस तरह मारी दी है और जनाब ताड़ी मारो ये साड़ी में असल पंजाबियों की जी खेड़ कबड्डी है जी असल जनाब समाज की फलंदियां निकल गई है आए हाय आस मौजा पॉइंट पटोरा जिंदाबाद चल भी साध लग जट पा भी गलिया कबड्डी नौजवान तेज रेडर इस वेले खेड़ मैदान के बोलता हुआ धावा और दो नंबर तो नौजवान लगा इस वेले देख लो शकील मैं निशा शकील पत्थर तेरिया पूरे गुथन गुथा हो गए हरियाणा कबड्डी कप वास्ते सारे पाकिस्तान की पंजाब की जी टीम गई जनाब की नुमाइंदगी की तजमल बूटे ने हाँ जी हाँ जी तजमल बूटे का जी सदके जनाब ऐसे जनाब चारी मतदार नंबर का हिसाब लूणा उन्होंने बोले जनाब 900 रुपया नाम बड़ी मेहरबानी और जनाब उन्होंने तो अलावा साढ़े आए मुआजद मेहमान जिंदाबाद शुक्रिया अदा करते जनाब चौधरी जाफर अली होचा साहब और उन्होंने नाम जनाब राय मोहम्मद इरफान नदीम साहब लाजी खलील लम्मे पिंडिया
ਲੈ ਇੱਕ ਪਾਸੇ ਬਾਦਾ ਇੱਕ ਪਾਸੇ ਫੇਰ ਹਾਏ ਹਾਏ ਜੀ ਹਾਂ ਮੰਨਿਆ ਜੀ ਹਾਂ ਮੰਨਿਆ ਮੈਂ ਨਹੀਂ ਸਾ ਛੱਡ ਕੇ ਉਹ ਯਾਰ ਤਾੜੀ ਤਾਂ ਮਾਰਿਆ ਕਰੋ ਜਿਹਨੇ ਤਾੜੀ ਨਾ ਮਾਰੀ ਅੱਲਾ ਕਰੇ ਰਾਤ 11 ਵਜੇ ਖੜਕ ਪੈ ਜਾਏ ਉਹਨੂੰ ਰਾਜੀ ਸ਼ਫੀਕ ਚਿਸ਼ਤੀ ਛੱਡ ਕੇ ਰਾਜੀ 2014 ਦੇ ਵਰਲਡ ਕੱਪ ਵਿੱਚ ਜਨਾਬ ਪਾਲੇ ਫਿਲਹਾਲ ਪੱਲੇ ਨੂੰ ਵੀ ਜਨਾਬ ਜ਼ਰੂਰੀਆਂ ਘਮਾਈਆਂ ਅਤੇ ਮੰਗੀ ਦੀਆਂ ਵੀ ਜ਼ਰੂਰੀਆਂ ਘਮਾਈਆਂ ਨੇ ਹਾਏ ਰਾਜੀ ਚਿਸ਼ਤੀ ਸਾਹਿਬ ਤੁਹਾਡੇ ਫਿਰ ਚਾਹੀ ਹੈ ਕਿਤੇ ਰਾਸ਼ਦ ਮਲਕ ਕਿਤੇ ਮਹਾਨਾ ਡੋਗਰ ਕਿਤੇ ਜਨਾਬ ਸ਼ਕੀਲ ਅਤੇ ਕਿਤੇ ਮੌਲਵੀ ਜ਼ਾਹਦ ਦੇਖੋ ਹੁਣ ਕਿਹੜਾ ਮਾਂ ਦਾ ਵਾਲੀ ਪੁੱਤਰ ਰਾਸ਼ਦ ਮਲਕ ਮੂਹਰੇ ਹੋਇਆ ਨਹਿਰੀ ਸਰ ਭਾਈ ਸਾਹਿਬ ਆ ਚਿੱਟ ਕੱਪੜੀਆਂ ਬਹਿਜੋ 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 ਜਿਹੜਾ ਮੈਚ ਹੋਣਾ ਉਹ ਵੀ ਨਹੀਂ ਹੋਣ ਦੇਣਾ ਤੁਸੀਂ ਇਹ ਕਹਿੰਦੇ ਜਨਾਬ ਰੰਡੀ ਵਸਦੀ ਇਹਨੇ ਸਟੈਂਡਾਂ ਨਹੀਂ ਵਸਣ ਦਿੰਦੇ ਇਹ ਤੁਹਾਡਾ ਤਾਂ ਉਹ ਹਿਸਾਬ ਆ ਮੈਚ ਹੁੰਦਾ ਚਿੱਟ ਕੱਪੜੀਆਂ ਨਹੀਂ ਹੋਣ ਦਿੰਦੇ ਹਾਂਜੀ ਪੁਆਇੰਟ ਭਾਈ ਦਾ ਪੱਟਾ ਦਾ ਛੱਡ ਕੇ ਜਨਾਬ ਚੌਧਰੀ ਜਾਫਰ ਅਲੀ ਹੋਚਾ ਸਾਹਿਬ ਸਭਾਈ ਮੈਂਬਰ ਜਨਾਬ ਇਸ ਇਲਾਕੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਹਰ ਦਿਲ ਅਜ਼ੀਜ਼ ਇਸ ਇਲਾਕੇ ਦੀ ਦਿਲ ਦੀ ਧੜਕਣ ਜਿਹਨਾਂ ਨੇ ਜਨਾਬ ਇਸ ਮੇਲੇ ਦੇ ਨਾਲ ਦਿਨ ਰਾਤ ਮਿਹਨਤ ਲਾ ਕੇ ਔਰ ਜਨਾਬ ਪੂਰਾ ਤਾਵਣ ਕਰਕੇ ਇਨਸ਼ਾਅੱਲਾ ਪਾਇਆ ਤੱਕ ਮੇਲੇ ਤੱਕ ਪਹੁੰਚਾਉਂਦੇ ਖਾਦ ਬੈਠੇ ਹੋਏ ਹਾਂਜੀ ਸਾਧਲਾ ਜੱਟ ਨਹੀਂ ਹਰੀ ਸਾ ਜੱਟਾ ਤੇਰੀਆਂ ਪੁੱਤ ਮੈਂ ਮਾਵਾਂ ਪੁੱਤਰ ਜੰਮਦੀਆਂ ਤੇਰੇ ਵਰਗੇ ਰੋਜ਼ ਦਿਹਾੜੇ ਕੋਈਨੇ ਮਾਰ ਕੇ ਭੁੱਪ ਦੇ ਗਈ ਜਾਫੀ ਬੁਕਰਾਂ ਚਵਾੜੇ ਚੀਤੇ ਵਰਗੀ ਫੱਟੀ ਤੇ ਸਾਜ ਚੇਹਦਾ ਅੱਖ ਨਹੀਂ ਮਾਵਾਂ ਬੱਚੇ ਜੰਮਦੀਆਂ ਸਾਧਲਾ ਤੇਰੇ ਵਰਗੇ ਕੁਝ ਜੰਮਦੀਆਂ ਹੋਣਗੀਆਂ ਲੱਖ ਪੁੱਤਰ ਮਾਂ ਜੀ ਮਨਸ਼ਾ ਤੇ ਸ਼ਫੀਕ ਚਿਸ਼ਤੀ ਚਿਸ਼ਤੀ ਮਨਸ਼ਾ ਹਾਏ ਹਾਏ ਧੰਨਵਾਦ ਮਨਸ਼ਾ ਚਿਸ਼ਤੀ ਸ਼ਫੀਕ ਚਿਸ਼ਤੀ ਦੀ ਸਦਕੇ ਹਾਂਜੀ ਮਨਸ਼ਾ ਮਨਸ਼ਾ
देखो जनाब आज चाचू भतीजा गेम वैसे आए है मनसिया लाजी मनसिया ने गेम दी पूरी चास आज मैदान दे विच पॉइंट चिश्ती है जी जनाब इस तों बाद चौधरी जाफर अली होचा साहब इस वेले जनाब उन्हां दी तरफों अनाउंसर नूं जनाब 500 रुपया नाम बड़ी मेहरबानी जनाब शुक्रिया भाई कबड्डी इस वेले जनाब मुहम्मद बलाल सजादा वाले दी सदके और माना डोगर होया मोरे हाँ जी पॉइंट लै गया बलाल सजादा वाला जी चल भी तजंबल बूटा पत्थरगढ़िया की धरती जिथे बड़े बड़े जनाब कबड्डी के स्टार पैदा हुए चल भी सोनिया चल भी गबरुआ चल पल वेख पंजाब के गबरुआ की रत जिसे तो लिशका पे मार दीए आतफ टैके ने कुल मैदान पूरे चौबर तो रुत बहार दीए सदगे अज आखा वारस शाह किसी कबर बोल हूँ इसी शिकताब का कोई अगला वर्का बोल कोई एक रोई सी धी पंजाब की तो लख लख मारे बहन अज लखा धीया रोंदिया वारस शाह कह इतने सबे कैदो बन गए हुसन देश के चोर हम कि लभ के लियाइए वारस शाह तो होर पर साधुला जग लै गया पैण जी लै गया जी है साधुला जी है साधुला जी चल भी शहराम साजिद भट्टो ला जी हरियाणा कबड्डी कप के इंडिया पाकिस्तानी कबड्डी टीम की नुमाइंदगी की इंडिया का टूर किया है बड़ा बेस्ट डिक्लेयर होया पर आ वेला साजा भी घट नहीं अगो साजा भी जरा पूरा मारा खादी हुई है स्टार रमजान दिया साजे ने भी आए हाए हाए एवं होंगी भट्टो पितर कहते जो शरीकों के बस पई है सदके साजिया जिंदाबाद जी हाँ जी बैलो बजुर्ग बैलो मेहरबानी जनाब चल भी इरफान माना लुटे हानिया जट खेड़ मैदान के अगली कबड्डी पैदा होया सदके सोनिया बेखड़ा पपर छेर नौजवान इस वे कभी खबी कनी कभी सची ला जी शकील शकील देखो जनाब अज जाते पपर छेर राह तक तक नहीं पर नहीं पॉइंट लै गया जनाब पपर छेर माना सदके चल भी तजमल बूटा पा भी कभी कबड्डी नौजवान का 80 किलोग्राम वजन मनशा आए हाए ला जी मनशा पूरा चौबन च आजे इंशाला बड़ा तगड़ा जाफी जनाब पाकिस्तान का देखो जनाब तजमल बूटे दाव डकदा कि नहीं बगला भरने की कोशिश पर तजमल बूटा आए हाए तो ताड़ी मारे जनाब ताड़ी जी मुहम्मद बलाल जी कबड्डी पुंदा हुआ खेड़ मैदान सोई गया इसने तले का एक कनी दे राशिद मलिक दूजी दे अमरान टोकर खलील लम्बे पिंडिया शकील टोबे वाला सदके कभी खपे कने कदे सजी कनी दे हुण वेखो किहड़ा मां दा वली पुत्तर राशिद मलिक बड़ा ही जनाब खून खुआर जाफी आ रामा डकदा कि नहीं समा फासला करेगा सदके ए बिल्कुल हंडिया दे नेड़े गल है पॉइंट सजादा वाले दा पॉइंट 213 दा जिंदाबाद बड़ी मेहरबानी अफेर बिटर का जनाब प्यार भरिया सदा आवाम इकट्ठा किया शफीक चिश्ती की पई है कबड्डी सदके एक कनी के साजा तेरा वाला दूजी के आसा मौला मुन्नापुरिया कदे जनाब शफाक शाकन वर्गे कदे मनशे गुच्चर वर्गे सदके हाँ जी मनशा गुच्चर 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 आए हाए 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 आ जाता चिश्ती आ जाता नॉन स्टॉप प्यारा चल फिर फान बनिया पा कबड्डी खेड़ मैदान के नौजवान की अगली कबड्डी आ कि जनाब खलील लम्बे पिंडिया वर्गे कि शकील वर्गे कि राशिद मलिक वर्गे कि इमरान टोकर वर्गे उठ दी उम्र आए हाए 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 शकील बड़े जनाब पुठे तौर की कोशिश की है पर माना जट बड़ा सियाना जनाब अगला वाला कबड्डर पाकिस्तान के सब तो सियाना कबड्डर माना जट आ इस वे जनाब पॉइंट 213 के खाते जुड़ता हो चल भी शहराम साजिद भट्टो चल भी गबरुआ वेखो नौजवान उठ दी उम्र आ जहांगीर की धरती का जंपल गबरू जवान आ नाच के नखरों के पलिया होया चौधरी शबाद अली बंदेशे दी मारा खादिया कितने साजा मोहरे होया वेखो अज जिन्हों रब दे तेज तरीन तैयारा आए हाए पट्टो 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 पॉइंट 213 का जी चल भी बलाल पा भी गलू कबड्डी सदके देख ला चारे जाफी
ਉਡੀਕਦੇ ਆ ਕਿ ਅੱਜ ਕਿਹੜਾ ਨੌਜਵਾਨ ਕਿਹੜੇ ਧਾਵੀ ਨੂੰ ਟੱਕਦਾ। ਹਾਂਜੀ ਖਲੀਲ ਲੰਮੇ ਪਿੰਡੀਆਂ ਹੋਇਆ ਮੂਹਰੇ, ਪਿਛਲੇ ਜਨਾਬ ਸੀਜ਼ਨ ਤੇ ਖਲੀਲ ਲੰਮੇ ਪਿੰਡੀਆਂ ਨੇ ਇਸ ਗਰਾਊਂਡ ਦੇ ਵਿੱਚ ਬੜੇ ਤਗੜੇ ਜੱਫੇ ਮਾਰੇ ਆ, ਪਰ ਅੱਜ ਦੇਖੋ ਜਨਾਬ ਪਤਾ ਨਹੀਂ ਕਿਹੜੀ ਫਕਾਵਤ ਜਨਾਬ ਅੱਜ ਇਹਦੇ ਖੇਲ ਨਹੀਂ ਜਨਾਬ ਹੋ ਰਹੇ। ਇਹ ਜਨਾਬ ਮਤਾਨ ਦੀਆਂ ਗੱਲਾਂ ਹੁੰਦੀਆਂ, ਸਫ਼ਰ ਕੀਤਾ ਹੋਇਆ ਖਲੀਲ ਲੰਮੇ ਪਿੰਡੀਆਂ ਨੇ ਵੀ, ਸ਼ਬੀਰ ਚਿਸ਼ਤੀ ਨੇ ਵੀ, ਲੇਕਿਨ ਉਹਦੇ ਬਾਵਜੂਦ ਵੀ ਇਨਸ਼ਾਅੱਲਾ ਥਕਾਵਟ ਆ ਜਿਹੜੀ ਜਨਾਬ ਬੰਦੇ ਨੂੰ ਜਨਾਬ ਮਹਿਸੂਸ ਤੇ ਹੁੰਦੀ ਹੈ, ਲੇਕਿਨ ਫਿਰ ਵੀ ਜਤਨ ਪੂਰੇ ਕਰਦੇ ਇਸ ਮੈਦਾਨ ਦੇ ਵਿੱਚ ਖੇਡਣ ਦੇ। ਤਜੰਮਲ ਬੋਟਾ ਆਸਾ ਮੌਲਾ ਲਾ ਜੀ, ਜਹਾਂਗੀਰ ਦੇ ਟੂਰਨਾਮੈਂਟ ਦਾ ਬੈਸਟ ਡਿਕਲੇਅਰ ਹੋਣ ਵਾਲਾ ਜਾਫਰੀ ਆਸਾ ਮੌਲਾ ਸੁਣ ਕੇ ਪਹਾੜ ਵਰਗਾ ਕੱਤ ਮੂਹਰੇ ਫਾਟਕ ਬਣ ਗਿਆ। ਆਇਆ ਮੌਲਾ ਪਰ ਤਜੰਮਲ ਬੋਟਾ ਰਹਿ ਗਿਆ ਸੁਣ ਕੇ ਚੱਲ ਵੀ ਕਰੂਗਾ। ਚੇਅਰਮੈਨ ਸਫਰ ਐਸ਼ਰਜਨਾ ਸਿਰ ਤੋੜ ਕੋਸ਼ਿਸ਼ਾਂ ਉਹਨਾਂ ਦੀਆਂ ਵੀ। ਬਾਬਰ ਕੁਚਰ 213 ਵਾਲਾ ਕਬੱਡੀ ਪੈਂਦਾ ਹੋਇਆ ਸਦਕੇ ਦੇਖੋ, ਕਦੀ ਖੱਪੀ ਕਦੀ ਕਦੀ ਸੱਜੀ, ਜਿਹਦੇ ਜਨਾਬ ਇਸ ਵੇਲੇ ਝੰਡੇ ਝੂਲਦੇ ਆ ਪੰਜਾਬੀਆਂ ਦੇ। ਕੀ ਹੈ ਜਨਾਬ ਪੰਜਾਬ ਦੇ ਸਾਡੇ ਪਾਕਿਸਤਾਨ ਦੇ ਤਕੜੇ ਰੇਡਰ ਦੇ ਜਾਫੀ ਅੱਜ ਜਨਾਬ ਆਪਸ ਦੇ ਵਿੱਚ ਟਕਰਾ ਲੈਂਦੇ ਆ। ਹਾਂਜੀ ਬਾਬਰ ਕੁਚਰ, ਰਾਸ਼ਦ ਮਲਿਕ ਸਦਕੇ ਮਲਿਕ, ਆਏ ਹਾਏ ਲਾ ਜੀ ਪੁਆਇੰਟ ਦੇਖੋ, ਬਾਬਰ ਗੁਜਰ ਕਰਦਾ ਕਿ ਰਾਸ਼ਦ ਮਲਿਕ, ਪਰ ਪੁਆਇੰਟ ਲੈ ਗਿਆ ਬਾਬਰ ਗੁਜਰ 213 ਵਾਲਾ ਜਿੰਦਾਬਾਦ। ਚੱਲ ਵੀ ਸ਼ਬੀਰ ਚਿਸ਼ਤੀ, ਸਰਾਈਵਾਲ ਦੀ ਧਰਤੀ ਦਾ ਜੰਪਲ ਹੈ, ਜਿੱਥੇ ਦੀਆਂ ਕਹਿੰਦੇ ਮੱਝਾਂ ਦੇ ਗਾਵਾਂ ਬੜੀਆਂ ਮਸ਼ਹੂਰ ਹੈ। ਹਾਂਜੀ ਸ਼ਫੀਕ ਚਿਸ਼ਤੀ, ਚੱਲ ਵੀ ਕਰੂਗਾ। ਹਾਂਜੀ ਸ਼ਫੀਕ ਗੁਜਰ ਦਾ ਇਸ਼ਾਰਾ ਦੇਖਣਾ ਹੋਗਾ ਜਨਾਬ, ਤਾੜੀਆਂ ਨਾਲ ਰਾਮ ਚਿਸ਼ਤੀ ਦਾ ਜਿੰਦਾਬਾਦ ਜੀ। ਮਾਨਾ ਜੱਟ ਦੇਖੋ ਜਨਾਬ ਫਸਿਆ ਹੋਇਆ ਅੱਜ ਤੁਹਾਨੂੰ ਰੱਖ ਲਵੇ ਮਾਰੀ ਲਾਲ ਰਾਸ਼ਨ ਮਲਕ, ਰਾਸ਼ਨ ਮਲਕ ਜਨਾਬ ਪਰ ਮਾਨਾ ਜੱਟ ਲੈ ਗਿਆ ਨਾ ਕਾਫੀ ਸ਼ਿਕਾ ਪੂਰੇ ਦਾ ਪੰਜਾਂ ਜਨਾਬ ਰੋਡ ਤੇ ਮਾਨੇ ਜੱਟ ਨੇ ਪੁਆਇੰਟ 213 ਦੇ ਖਾਤੇ ਸਦਕੇ। ਚੜ ਪਿਛਾ ਨੀ ਚੱਕ ਨੰਬਰ 322 ਸ਼ਹਿਜ਼ਾਦਾ ਤਹਿਸੀਲ ਗੋਜਰ ਤਹਿਸੀਲ ਜ਼ਿਲ੍ਹਾ ਟੋਬਾ ਸਦਕੇ ਸੋਹਣਿਆ। ਇਹ ਜਨਾਬ ਡਾਕਟਰ ਅਰਸ਼ਦ ਇੰਟਰਨੈਸ਼ਨਲ ਕਬੱਡੀ ਅੰਪਾਇਰ ਉਹਦੇ ਪਿੰਡ ਦਾ ਨੌਜਵਾਨ ਹੈ ਇਸ ਵੇਲੇ ਸ਼ਾਨੀ ਸਦਕੇ ਹੈ ਸਦਕੇ। ਬੜਾ ਵੇਖ ਲਾ ਮੌਲਾ ਕਹਿੰਦੇ ਮੌਲਾ ਵਾਰਿਸ ਕੀ ਹੈ ਜੇ ਤੂੰ ਸੋਹਣਾ ਨਹੀਂ ਤੇਰਾ ਯਾਰ ਤੇ ਪਾਰਸ ਹੈ ਸਦਕੇ ਮੌਲਾ ਵਾਰਿਸ। ਅੱਜ ਵੇਖ ਲਓ ਜਨਾਬ ਕਹਿੰਦੇ ਜਨਾਬ ਘੁੱਟਿਆ ਵੇਖ ਲਓ ਗੱਲ ਮੁਸ਼ਕਲ ਆ। ਹਾਂਜੀ ਜੀ ਸਾਡੀ ਕਿਸੇ ਮੰਨ ਚਾਰ ਜੀ ਉਹ ਮੌਲਿਆ ਫਿਲਹਾਲ ਸਜਾਤਾਂ ਵਾਲਾ ਚੰਗਾ ਕਬੱਡੀ ਫਿਰ ਮੈਦਾਨ ਦੇ ਵਿੱਚ ਨੌਜਵਾਨ ਦਾ ਬੋਲਿਆ ਹੋਇਆ ਧਾਲਾ ਮੇਰੇ ਵੀਰੋ ਕਦੀ ਖੱਬੀ ਕਦੀ ਕਦੀ ਸੱਜੀ ਅੱਜ ਵੇਲੇ ਜਨਾਬ ਲੋਹੇ 'ਚ ਲੋਹੇ ਵੱਜਿਆ ਹੋਇਆ ਤੇ ਚੰਗਿਆਰੇ ਨਿਕਲਦੇ ਆ ਕਹਿੰਦੇ ਚੱਲ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਫੜ ਮਜੇ ਚੰਗਿਆਰਿਆਂ ਦਾ ਰਾਜੇ ਛੋਲੇ ਹੌਸਲੇ ਦੀ ਜਿੱਤ ਹੁੰਦੀ ਭਾਸਣ ਪੈਂਦਾ ਨਹੀਂ ਫੋਕੇ ਨਲਕਾਰਿਆਂ ਦਾ ਸਜਗੇ ਅੱਜ ਪਤਾ ਲੱਗਣਾ ਮੈਦਾਨਾਂ ਵਿੱਚ ਫਿਰ ਉਹਨੇ ਜਨਾਬ ਮਿਹਨਤਾਂ ਕੀਤੀਆਂ ਉਹਨਾਂ ਦਾ ਵੀ ਪਤਾ ਲੱਗ ਜਾਣਾ। ਜਿੰਦਾਬਾਦ ਚੱਲ ਵੀ ਬੁੱਟ ਤਜੰਮਲ ਪਾ ਕਰੂਗਾ ਕਬੱਡੀ ਸਦਕੇ ਇੰਟਰਨੈਸ਼ਨਲ ਕਬੱਡੀ ਪਲੇਅਰ ਜੀ 72 ਕੜੀਆਂ ਦੀ ਧਰਤੀ ਦਾ ਜੰਪ ਵਾਲਾ ਦੇਖੋ ਬੰਦੇਸ਼ਾ ਕਬੱਡੀ ਕਲੱਬ ਦੀ ਨੁਮਾਇੰਦਗੀ ਕਰਦਾ ਪਰ ਅੱਗੋਂ ਮਨਸ਼ਾ ਗੁੱਜਰ ਮਨਸ਼ਾ ਗੁੱਜਰ ਆਏ ਹਾਏ ਹਾਏ ਗੁੱਜਰ ਕਹਿੰਦੇ ਜਿਹਦਾ ਵੀ ਗੁੱਟ ਫੜਦਾ ਉਹਨੂੰ ਮਾਰਦਾ ਜੰਦਾ ਸਦਕੇ ਗੁਜਰਾ ਸਦਕੇ ਨਹਿਰੀ ਸਾ ਆਏ ਹਾਏ ਕਬੱਡੀ ਪਈ ਆ ਇੱਕ ਇੱਕ ਮੈਚ ਇੱਕ ਇੱਕ ਕਰਦੀ ਤੇ ਇੱਕ ਇੱਕ ਜੱਫਾ ਬੜਾ ਹੀ ਜਨਾਬ ਦੋਨੋਂ ਟੀਮਾਂ ਵਾਸਤੇ ਆ ਹਨ
ਤੇ ਜਨਾਬ ਪਾਕਿਸਤਾਨ ਦਾ ਤਗੜਾ ਮੈਚ ਹੁੰਦਾ ਸੀ ਗਰਾਊਂਡ ਵਿੱਚ ਜਿਹੜੇ ਚੰਗਾ ਲੱਗਦਾ ਹੈ ਤਾੜੀਆਂ ਮਾਰਿਆ ਦੋਨਾਂ ਟੀਮਾਂ ਵਾਸਤੇ ਹਾਂਜੀ ਚੱਲ ਵੀ ਸ਼ਫੀਰ ਚਿਸ਼ਤੀ ਬਾਹਰ ਦੀ ਗਰਮੀ ਕਬੱਡੀ ਦੇਖਣਾ ਨੌਜਵਾਨ ਦਾ ਮਿਸਰਿਸ ਕਰਦਾ ਪਿੰਡਾ ਕਦੇ ਨਾ ਖੱਪੀ ਕਦੇ ਕਦੇ ਸੱਚੀ ਸਬਜ ਹਲਾਲੀ ਕੱਛਾ ਪਾਕਿਸਤਾਨ ਦੀ ਕਿੱਟ ਨਹੀਂ ਹੋਈ ਹਾਏ ਹਾਏ ਸਾਚਾ ਮੂਹਰੇ ਹੋਇਆ ਸ਼ਫੀਰ ਚਿਸ਼ਤੀ ਦੀ ਘੱਟ ਨਹੀਂ ਬੜਾ ਜਨਾਬ ਅਣਖਾ ਵਾਲਾ ਦਲੇਰ ਕਬੱਡਰ ਆ ਹਾਂਜੀ ਵੈਰ ਚਿਸ਼ਤੀ ਦਾ ਜੀ ਚਰਬੀ ਬਲਾਲ ਤੌਰ ਦੀ ਗਰਮੀ ਕਬੱਡੀ ਸਾਹਮਣੇ ਆਪ ਹੀ ਕਰਨ ਦੇ ਪੱਤੇ ਪੈਣ ਕਰਦੇ।